ਸਾਡੇ ਯੂਕੇ ਟੂਰ ਦੇ ਵਿੱਚ ਕੁਨਾਲ ਪਾਸੀ ਜੇ ਆ ਗਿਆ ਤੇ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਤਾਂ ਜ਼ਰੂਰ ਪਿਆਰ ਦਿਓ ਔਰ ਜ਼ਰੂਰ ਆਇਓ, ਕਿਸੇ ਵੀ ਨੈਗੇਟਿਵਿਟੀ ਦਾ ਕੋਈ ਚੀਜ਼ ਨਾ ਸੁਣਿਓ, ਅਸੀਂ ਤੁਹਾਨੂੰ ਸਾਰੇ ਮਿਲਦੇ ਹਾਂ 28 ਅਪ੍ਰੈਲ ਬਰਮਿੰਘਮ। ਸਤਿ ਸ਼੍ਰੀ ਅਕਾਲ ਜੀ। ਜੋਤੀ ਨੂਰਾ ਅਤੇ ਕੁਨਾਲ ਪਾਸੀ ਇੱਕ ਵਾਰ ਫਿਰ ਹੋਏ ਵੱਖ। ਜੋਤੀ ਨੂਰਾ ਨੇ ਕੁਨਾਲ ਪਾਸੀ ਨੂੰ ਦਿੱਤੀ ਕਾਨੂੰਨੀ ਕਾਰਵਾਈ ਦੀ ਧਮਕੀ। ਜੀ ਹਾਂ, ਬੀਤੇ ਦਿਨੀ ਜੋਤੀ ਨੂਰਾ ਲਾਈਵ ਹੋਈ, ਜਿਸ ਦੌਰਾਨ ਉਸਨੇ ਕੁਨਾਲ ਪਾਸੀ ਨੂੰ ਸੁਲਤਾਨਾ ਨੂਰਾ ਨਾਲ ਯੂਕੇ ਦਾ ਸ਼ੋਅ ਅਟੈਂਡ ਕਰਨ ਤੇ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ। ਉਸਦਾ ਕਹਿਣਾ ਹੈ ਕਿ ਅਗਰ ਕੁਨਾਲ ਪਾਸੀ ਯੂਕੇ ਦੇ ਸ਼ੋਅ ਤੇ ਪਹੁੰਚਿਆ ਤਾਂ ਜੋਤੀ ਨੂਰਾ ਉਸ ਨੂੰ ਨਹੀਂ ਬਖਸ਼ੇਗੀ। ਉੱਥੇ ਹੀ ਜੋਤੀ ਨੂਰਾ ਸੁਲਤਾਨਾ ਤੋਂ ਵੀ ਵੱਖ ਹੋ ਗਈ ਹੈ ਅਤੇ ਉਸਨੇ ਕਿਹਾ ਕਿ ਯੂਕੇ ਦਾ ਟੂਰ ਉਹਨਾਂ ਭੈਣਾਂ ਦਾ ਇਕੱਠਿਆਂ ਦਾ ਲਾਸਟ ਟੂਰ ਹੋਵੇਗਾ। ਆਓ ਤੁਹਾਡੇ ਨਾਲ ਵੀ ਜੋਤੀ ਨੂਰਾ ਦਾ ਉਹ ਵੀਡੀਓ ਸਾਂਝਾ ਕਰਦੇ ਹਾਂ। ਤੁਹਾਨੂੰ ਸਭ ਤੋਂ ਜ਼ਰੂਰੀ ਗੱਲ ਜਿਹੜੀ ਦੱਸਣੀ ਹੈ, ਸਾਡਾ ਜਿਹੜਾ ਇਹ ਯੂਕੇ ਟੂਰ ਆ ਅਤੇ ਦੋਨਾਂ ਭੈਣਾਂ ਦਾ ਲਾਸਟ ਟੂਰ ਹੋਊਗਾ ਅਤੇ ਉਸ ਤੋਂ ਬਾਅਦ ਜਿੱਦਾਂ ਅਸੀਂ ਇਕੱਲੇ ਇਕੱਲੇ ਕੰਮ ਕਰ ਰਹੇ ਹਾਂ ਅਤੇ ਉੱਦਾਂ ਹੀ ਕਰਾਂਗੇ। ਅਤੇ ਮੇਰਾ ਅਤੇ ਔਰ ਸੁਲਤਾਨਾ ਦਾ ਇਹ ਸਾਡਾ ਲਾਸਟ ਟੂਰ ਹੈ ਦੋਨਾਂ ਦਾ। ਅਤੇ ਦੂਸਰੀ ਗੱਲ ਇਹ ਆ ਕਿ ਸਾਡੇ ਯੂਕੇ ਟੂਰ ਦੇ ਵਿੱਚ ਕੁਨਾਲ ਪਾਸੀ ਜੇ ਆ ਗਿਆ ਅਤੇ ਉਹਦੇ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਔਰ ਉਹ ਸਾਡੇ ਸ਼ੋਅ 'ਚ ਸਾਡੇ ਟੂਰ ਦੇ ਵਿੱਚ ਕੁਨਾਲ ਨਾ ਆਵੇ।